tahun. ਪੰਜਾਬੀ ਸੱਭਿਆਚਾਰ ਵਿੱਚ ਕੁਝ ਕੁ ਗਾਇਕ ਹਨ ਜਿਨ੍ਹਾਂ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਸੁਰਾਂ ਦੇ ਨਾਲ ਇਸ ਦੁਨੀਆ ਦੇ ਇਸ ਜਿੰਨੇ ਵੀ ਆਪਣੇ ਪੰਜਾਬ ਵਿੱਚ ਗਾਇਕ ਉਹਨੇ ਜਗ੍ਹਾ ਬਣਾਈ ਆ। ਉਹਨਾਂ ਵਿੱਚ ਆਪਣੀ ਬਜੀਤ ਮਾਲਵਾ ਜੀ, ਤੇਜ ਹੁੰਗਲ ਸਾਹਿਬ ਆਪਣੇ ਨਾਲ ਬੈਠੇ ਨੇ, ਨਾਲ ਆਪਣੇ ਇੱਧਰ ਵੀਰ ਆਪਣੇ ਪਗੜੀ ਕੋਚ ਆਪਣੇ ਮਨਦੀਪ ਸੈਣੀ, ਸੈਣੀ ਰਿੰਕੂ ਜਿਹਨਾਂ ਦਾ ਪੈਲਸ ਹੈ ਅਤੇ ਆਪਣੇ ਨਾਲ ਡੀ ਜੇ ਹੈ ਜੀ, ਨਾਲ ਆਪਣੇ ਕਮਲ ਮਾਨ ਤੋਂ ਬਾਅਦ ਤੋਂ ਪਹਿਲਾਂ ਰਿੰਕੂ ਸਾਹਿਬ ਨੂੰ ਵਧਾਈ ਦਿੰਦੇ ਹਾਂ ਜਿਹੜੇ ਕਿ ਇਹ ਪ੍ਰੋਗਰਾਮ ਕਰਾ ਰਹੇ ਆ ਇੱਥੇ। ਤੁਹਾਡਾ ਜੀ ਬਲਜੀਤ ਮਾਲਵਾ ਜੀ, ਮੀਡੀਆ ਪੰਜਾਬ ਦੇ ਵਿੱਚ, ਅਦਾਰਾ ਮੀਡੀਆ ਪੰਜਾਬ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ। ਆਈ ਸਤਿ ਸ਼੍ਰੀ ਅਕਾਲ ਜੀ, ਵੈਲਕਮ ਤੁਹਾਡਾ ਜੀ ਆਇਆਂ ਨੂੰ ਇਟਲੀ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਆਪਣੇ ਪੰਜਾਬ ਦੇ ਨਾਲ ਪੁਰਾਤਨ ਕੋਈ ਚੀਜ਼ਾਂ ਜੋ ਤੁਹਾਡੀਆਂ ਪਿੱਛੇ ਰਹਿ ਗਈਆਂ ਉਹਨਾਂ ਬਾਰੇ ਆਪਣੇ ਕੋਈ ਵਿਚਾਰ ਦਿਓ ਜੀ, ਅਤੇ ਹੋਰ ਸੋਟਿਆਂ ਦੇ ਅੱਗੇ ਆਪਣੀ ਉਹ ਵਿਚਾਰ ਰੱਖੋ ਜੀ। ਪੁਰਾਣੀਆਂ ਚੀਜ਼ਾਂ ਜੀ ਜਿਵੇਂ ਸੀਗੀਆਂ ਅਲੋਪ ਤਾਂ ਹੋ ਗਈਆਂ, ਪਰ ਮੈਂ ਆਪਣੇ ਘਰ ਦੀ ਮਿਸਾਲ ਦਿੰਦਾ ਤੁਹਾਨੂੰ ਅਤੇ ਜੇਕਰ ਤੁਸੀਂ ਇੰਡੀਆ ਗਏ ਤਾਂ ਦੇਖ ਸਕਦੇ ਹੋ ਸਾਡੇ ਬਕਾਇਦਾ ਮੋਸਟਲੀ ਸਾਰੇ ਬੰਦੇ ਜਿਵੇਂ ਆਪ ਪਿੰਡਾਂ ਵਿੱਚ ਜਿਹੜੇ ਕਈ ਘਲਾੜੀ ਕਹਿੰਦੇ ਨੇ, ਕਈ ਵੇਲਣੇ ਕਹਿੰਦੇ ਨੇ, ਸਾਰਿਆਂ ਨੂੰ ਤਕਰੀਬਨ ਵੇਚ ਕੇ ਉਹ ਆਪਣੇ ਕਹਿੰਦੇ ਕੀ ਕਰਨਾ ਲੋਹਾ ਖੜਾ ਐਵੇਂ, ਉਹ ਸਾਡੇ ਘਰ ਹੈਗੀ ਆ ਮੌਜੂਦ ਆ ਅਜੇ ਵੀ। ਅਤੇ ਪੁਰਾਣੀਆਂ ਜਿਵੇਂ ਪੰਜਾਲੀਆਂ ਹੁੰਦੀਆਂ ਸੀ, ਦੋ ਬਲਦ ਜੋੜਦੇ ਸੀ, ਉਹ ਵੀ ਸਾਡੇ ਘਰ ਹੈਗੀ ਆ। ਅਤੇ ਪਲੱਸ ਇੱਕ ਹੁੰਦਾ ਸੀ ਦਬੱਲੂ ਹਲ, ਇੱਕ ਹੁੰਦਾ ਸੀ ਅਲਟਾਵਾਂ ਹਲ, ਉਹ ਦੋਵੇਂ ਹਲ ਸਾਡੇ ਘਰ ਹੈਗੇ ਨੇ ਅਜੇ ਵੀ। ਅਤੇ ਪਲੱਸ ਰਹੀ ਸਾਡੇ ਬਜ਼ੁਰਗਾਂ ਦੀ, ਜਿਵੇਂ ਦਾਜ ਦੇ ਵਿੱਚ ਪਿਛਲੇ ਟਾਈਮ ਇੱਕ ਛੋਟਾ ਜਿਹਾ ਸੰਦੂਕ ਮਿਲਦਾ ਹੁੰਦਾ ਸੀਗਾ, ਤਾਂ ਉਹ ਸਾਡੇ ਤਿੰਨ ਚਾਰ ਸੰਦੂਕ ਪਏ ਆ ਮੇਰੇ ਖਿਆਲ ਚਾਰ ਪੰਜ ਪੀੜ੍ਹੀਆਂ ਤੱਕ ਹੈਗੇ ਨੇ। ਅਤੇ ਜਿਹਨਾਂ ਦੇ ਵਿੱਚ ਜਿੱਦਾਂ ਜਿੱਦਾਂ ਵੱਧਦਾ ਗਿਆ ਟਾਈਮ ਇੱਕ ਛੋਟੇ ਜਿਹੇ ਸੰਦੂਕ ਆ, ਬਿਲਕੁਲ ਛੋਟੇ ਛੋਟੇ ਜਿਹੇ, ਅਤੇ ਉਸ ਤੋਂ ਬਾਅਦ ਥੋੜ੍ਹੇ ਜਿਹੇ ਹੋਰ ਵੱਡੇ ਆ ਗਏ, ਚਾਰ ਪੰਜ ਸੰਦੂਕ ਹੈ ਜੀ ਮੈਂ ਇੱਦਾਂ ਦੇ, ਉਹ ਅਸੀਂ ਸਾਂਭ ਕੇ ਰੱਖੇ ਹੋਏ ਹਾਂ। ਬਾਕੀ ਚਰਖੇ ਤਾਂ ਉਹ ਵੀ ਪਏ ਆ, ਭਾਵੇਂ ਹੁਣ ਕੋਈ ਕੱਤਦਾ ਨਹੀਂ ਹੈ, ਸਾਰੇ ਹੈਗੇ ਨੇ। ਬਾਕੀ ਰਹੀ ਗੱਲ ਜੀ, ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ, ਹਰ ਇੱਕ ਬੰਦਾ ਚਾਹੁੰਦਾ ਵੀ ਇਹ ਵੀ ਪੁਰਾਣਾ ਸਮਾਨ ਇਹਨੂੰ ਸਿੱਟੋ ਪਰੇ, ਪਰ ਜੇਕਰ ਕੋਈ ਘਰ ਦਾ ਮੈਂਬਰ ਰਿਸਪੋਂਸੀਬਿਲਟੀ ਰੱਖਦਾ ਹੋਵੇ ਤਾਂ ਜ਼ਰੂਰ ਉਹ ਚੀਜ਼ਾਂ ਨੂੰ ਸਾਂਭ ਕੇ ਰੱਖਦਾ। ਅਤੇ ਬਾਕੀ ਬੜਾ ਵਧੀਆ ਲੱਗਦਾ ਜੀ ਜਦੋਂ ਅਸੀਂ ਦੇਖਦੇ ਹਾਂ ਉਹ ਪੁਰਾਣੀਆਂ ਚੀਜ਼ਾਂ, ਤਾਂ ਵਧੀਆ ਲੱਗਦਾ ਆਪਣੇ ਮਨ ਨੂੰ। ਬਿਲਕੁਲ ਬਿਲਕੁਲ ਜੀ, ਇਹ ਹੀ ਮੰਤਵ ਹੈ ਜਿਹੜਾ ਆਪਣਾ ਕੱਲ੍ਹ ਦਾ ਮੇਲਾ ਹੋ ਰਿਹਾ ਜੀ, ਉਹ 'ਚ ਪੁਰਾਣੀਆਂ ਚੀਜ਼ਾਂ ਜੋ ਚਰਖੇ ਚੀਜ਼ਾਂ ਦਿਖਾਈਆਂ ਜਾਣ ਸਭ। ਬਾਕੀ ਤੁਹਾਡੇ ਕੋਲ ਅਗਲੀ ਗੱਲ ਪੁੱਛਣਾ ਚਾਹੁੰਦੇ ਮਾਲਵਾ ਸਾਹਿਬ, ਆਪਾਂ ਇੰਡੀਆ ਗਾਇਕ ਦੇਖੇ ਨੇ, ਕਿਸੇ ਨੇ ਆਪਣੇ ਪਿੰਡ ਦੇ ਨਾਲ ਪਿੰਡ ਦਾ ਨਾਂ ਲਿਖਿਆ, ਕਿਸੇ ਨੇ ਸ਼ਹਿਰ ਦਾ ਨਾਂ ਲਿਖਿਆ, ਤੁਹਾਡੇ ਨਾਂ ਦੇ ਨਾਲ ਮਾਲਵਾ ਕਿੱਦਾਂ ਪਿਆ ਜੀ? ਤੁਸੀਂ ਆਪਣੇ ਨਾਲ ਬਲਜੀਤ ਮਾਲਵਾ ਨਾਂ ਹੋਇਆ ਤੁਹਾਡਾ, ਤੁਹਾਡੇ ਨਾਂ ਦੇ ਨਾਲ ਮਾਲਵਾ ਕਿਵੇਂ ਜੁੜਿਆ? ਹਾਂਜੀ, ਇਹ ਮੈਨੂੰ ਜੋ ਮਾਲਵਾ ਬਣਾਇਆ, ਮੈਂ ਮੇਰਾ ਦੋਸਤ ਗੁਰਜੀਤ ਬਿਆਸ ਪਿੰਡੀ ਆ, ਅਸੀਂ ਨਿਊਯਾਰਕ ਦੇ ਕਿਸੇ ਦੇ ਘਰ ਬੈਠੇ ਸੀਗੇ, ਤਾਂ ਮੇਰੀ ਫਸਟ ਐਲਬਮ ਆਈ ਸੀਗੀ ਜੋ ਅਮਰੀਕਾ ਵਿੱਚ 1996 ਵਿੱਚ। ਹਾਂਜੀ, ਤਾਂ ਉਦੋਂ ਸੋਚਦੇ ਸੀ ਯਾਰ ਵੀ ਤੇਰਾ ਕਿੱਦਾਂ ਨਾਂ ਰੱਖਿਆ ਜਾਵੇ ਕੀ ਆ, ਹੈ ਨਾ, ਮੈਂ ਜੱਟ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ, ਸੋ ਸਾਡੇ ਪਿੰਡ ਦਾ ਨਾਂ ਹੈਗਾ ਹਬੀਜ਼ਾਬਾਦ। ਹੁਣ ਜੇ ਘਰ ਮੇਰਾ ਨਾਂ ਰੱਖਦੇ, ਜਿਵੇਂ ਘਰ ਹਰ ਇੱਕ ਪਿੰਡ ਦਾ ਬੰਦਾ ਆਪਣਾ ਨਾਂ ਯੂਜ ਕਰਦਾ, ਤਾਂ ਬਲਜੀਤ ਹਬੀਜ਼ਾਬਾਦ ਜਿਵੇਂ ਔਖਾ ਜਿਹਾ ਲੱਗਦਾ ਸੀਗਾ। ਅਤੇ ਇਸ ਤਰ੍ਹਾਂ ਉਹਨੇ ਕਰ ਕਰਾ ਕੇ ਉਹ ਕਹਿੰਦੇ ਯਾਰ ਤੁਸੀਂ ਮਾਲਵੇ ਦੇ ਰਹਿਣੇ ਵਾਲੇ ਹਾਂ ਅਤੇ ਤੇਰਾ ਨਾਂ ਮਾਲਵਾ ਰੱਖਦੇ ਹਾਂ। ਮੈਂ ਕਿਹਾ ਚਲੋ ਠੀਕ ਹੈ ਭਰਾ, ਜਿੰਦਾ ਤੈਨੂੰ ਠੀਕ ਲੱਗਦਾ ਰੱਖ ਲਾ। ਅਤੇ ਉਸ ਦਿਨ ਤੋਂ ਬਾਅਦ ਚਲੋ ਮਾਲਵਾ ਰੱਖਿਆ, ਮੈਨੂੰ ਵੀ ਸੰਗ ਜੀ ਲੱਗਿਆ ਕਰੇ ਯਾਰ ਕਿੱਥੇ, ਹੈ ਨਾ, ਚਲੋ ਕੋਈ ਗੱਲ ਨਹੀਂ। ਫਿਰ ਕਰ ਕਰਾ ਕੇ ਜੀ ਟਾਈਮ ਲੰਘ ਗਿਆ ਕਾਫੀ, ਤਾਂ ਮਾਲਵਾ ਐਕਚੁਲੀ ਲੋਕਾਂ ਨੂੰ 2008 'ਚ ਪਤਾ ਲੱਗਿਆ ਬਲਜੀਤ ਮਾਲਵਾ, ਪਹਿਲਾਂ ਐਡਾ ਖੈਰ ਕਿਸੇ ਨੂੰ ਨਹੀਂ ਪਤਾ ਲੱਗਿਆ ਕਿਉਂਕਿ ਮੇਰੀਆਂ ਉਹ ਐਲਬੰਬਾਂ ਇੰਨੀਆਂ ਬਹੁਤੀਆਂ ਰਿਸਪੋਂਸੀਬਲ ਨਹੀਂ ਬਣ ਸਕੀਆਂ। ਤੁਹਾਡਾ ਜਿਹੜਾ ਦੇਖਿਆ ਵੀ ਬਾਅਦ 'ਚ ਪਤਾ ਲੱਗਾ 2008 'ਚ ਬਾਪੂ ਦੇ ਸਿਰ 'ਤੇ ਜਿਹੜਾ ਮੌਜਾਂ ਕੀਤੀਆਂ, ਉਹ ਤੁਸੀਂ ਜਿਹੜਾ ਗਾਣਾ ਗਾਇਆ ਸੀ ਉਹਦੇ ਕੋਈ ਤੁਸੀਂ 2-4 ਬੋਲ ਸੁਣਾ ਦਿਓ ਅਤੇ ਰੂਬਰੂ ਕਰ ਦਿਓ। ਬਹੁਤ ਹਾਂਜੀ ਬਿਲਕੁਲ ਜੀ, ਤੁਹਾਡੇ ਸਾਡਾ
अपने नाल अपने वीर बैठे ने तेज हुंदल साहब जो कि अपने को स्विस से इतने पहुंचे ने अज ही आए ने ते अपने बजीत मालवा साहब अपने को परसों के पहुंचे ने जी ते हुंदल साहब तेज हुंदल साहब जी तुसी अपना की दसना चाहोगे श्रोतियां नू अपने नू कोई मैसेज की देना चाहते हो जो प्रोग्राम कल का पेशा पंजाब का दूजा बारी दूजी बारी इतने अगली जी कुछ श्रेणी वालों कराया जा रहा इस बारे तुम अपने श्रोतियों को की संदेश देना चाहते हो कि पंजाबी सभ्याचार जुड़िया जी चीज़ा उत्तर दिखाई जा रही पंजाबी सभ्याचार जो कि अज गुआच रहा है जिस गायकी कोई नहीं लचरपुणा गायकी के पुरानी गायकी जी है वो जानी लगी है उन्होंने चीज़ों के मद्देनजर रखते तुम की दसना चाहते हो अगे इन्होंने कि गाने कहोजे गाने सपोर्ट करनी चाहिए क्योंकि अजक चीज़ वो बिकती जो चलती है जिदा की चीज़ चाहते है दर्शक ज़्यादातर असं खुद सुनने भी गलत हाँ इतने असं उही चीज़ को सपोर्ट करते हैं जी कि सू लाइक बाद माँ भैन भरावों से बह के भी सुनते शर्म महसूस होंगी है इस बारे तुम अपनी की राय देना चाहते जी अपनी राय दे सब तो पहला सारे तेजिंदर वालों प्यार भरी सत श्री अकाल मैं जो इस मेले वास्ते अप्रोच किया गया जो दसिया कि फैमिली मेला जो अजक अजोके टाइम बहुत ही घट हो रहा मैं कोई रीसेंटली सुनया नहीं कि जो इन्ने फैमिली मेले हो रहे बहुत जो क्लबिंग ज शो वगैरह होंगे ने सो मैं इस गल का बहुत बहुत धन्यवादी हाँ सैनी भाजी वास्ते कि इन्होंने एडा एडा वधिया उपराला किया मैं फस्ट टाइम बेकर पंजाबी मेले च पार्टीसपेट कर रहा बाकी जिमें थोड़ी गल भाजी आ गई वैसे जिम्मे बलजीत भाजी दस के गए ने आंसर सेम ही आ कि एक अपना अजक अपना जो पुराना विरसा वो अलोप हो रहा जड़िया चीज़ा अपने घर का शिंगार चाहदिया ने 24 आवर अजक वो चीज़ा आप जिमें इंडिया जाओ हवेली से टंगिया मिलदिया ने जिते कि मतलब एक एक दुकान है तो बाकी भाजी ठीक है अजक जी गायकी आके मैं कहना चाहिए पर अजक थोड़ी जी गंदली हो चुकी है क्योंकि जोड़ा चंगा गाना वो जो 10 साल भी पुराना 20 साल भी पुराना वो अज ही सुने जा रहे हैं उन्होंने टाइम वापस आ रहा लोगों को समझ लग गई कि जेडे आड़े आप गाने गाने जिन्हें कोई बुनियाद नहीं जिस तरह करंटली बहुत सारे गाने आ रहे हैं इन्हों की जिंदगी एक वीक दो वीक ज बहुत घट होंगी है मैं वो कहूँगा कि गाने योजे गाओ जे लोग अपने परिवार से बह के सुन सकन जिन्हों की उम्र लंबी हो 10 साल बाद भी उन्ने ही हिट रहन जिन्हें कि रिलीज तो होंगे होने तो बाद होंगे बहुत मेहरबानी जी हुंदल साहब जी तुहाडे गाने भी आए सोहना गभरू पैसे दी की गल दीवाना इन्हां विच तुसीं किहड़ा अपना गाना कोई एक जो तुहानूं अपने आप नूं पसंद होवे दो बोल उहदे अगे रख सकदे उधर रखो जी अपने श्रोते दे अगे शो जी कहिंदे मां नूं अपने सारे पुत प्यारे हुंदे आ गाने दे सारे कुछ हुंदे पर मैं तुहानूं सुणाउंदा जिहड़ा मेरा लेटेस्ट आया रिलीज़ है ओ चंडे जट्टां ने ड्राइवर हिच कट्टते ओ किस जट्टां ने जमीनां वाल छड्डते अपने जी अगे बैठे ने अपने मनदीप सैनी जी अपने इंटरनेशनल पगड़ी कोच ने जी नाल इतने अपनी कर देने एंकरी इटली दे मनदीप जी तुहाडे कोल एक चीज़ पुछनी है मैं जिहड़ी कि बहुत चिर तो दिमाग घूम रही थी बड़े बारी तुहाडे ते देखदे आ जिहड़ी आ तुसीं पगड़ी की कोचिंग दे रहे हो इंटरनेशनल लैवल ते इहदा विच मुफ्त देण दा कि तुहानूं विच उहदे पिछे की संदेश हैगा जां की राज हैगा उहदे पिछे इहदे विच कोई समझ नहीं लगी अज तक तुसीं किहड़े तरीके वी किते जाओ तुहानूं बुला लो हाँ भी अमेरिका कनेडा जितने मर्जी भी हाँ भी तो आ जाऊँगा मैं फ्री दे के जाऊँगा तो ये अपना घर यार के कितना अगर दे जाते सारी एड पगड़ी की कोचिंग की राज है मगर सो सब तो पहला सारियां नूं इस नमाने वालों प्यार भरी सत श्री अकाल सो हर एक इंसान जिहड़ा जो जहाज चढ़ता पहला तो जहाज चढ़ता ही वो है जिन्हों घर कोई थोड़ होंगी पैसे की बिल्कुल सो मैं काफ़ी मिड काफ़ी लो कह सकता मिडल नहीं कह सकता काफ़ी लो क्लास फैमिली में बिलोंग करता सी कदे तो मैं इतने आया सी रोजी रोटी वास्ते 2007 दे विच सो थानू शायद सारे नू पता कि इतने का जोड़ा
ਰਿਸ਼ਤੇਦਾਰਾਂ ਦਾ ਤਕਰੀਬਨ 80% ਖੂਨ ਆ ਜਿਹੜਾ ਉਹ ਚਿੱਟਾ ਹੋ ਚੁੱਕਾ। ਬਿਲਕੁਲ ਬਿਲਕੁਲ ਜੀ, ਤੇ ਇੱਥੇ ਕੋਈ ਨਹੀਂ ਕਿਸੇ ਦਾ ਦਰਦੀ, ਦੁਨੀਆ ਮਤਲਬ ਦੀ ਆ, ਇੱਥੇ ਤੱਕ ਹੀ ਸਕੇ ਭਰਾ ਵੀ ਨਹੀਂ ਇੱਥੇ ਦਰਦੀ ਹੈਗੇ। ਸੋ ਮੈਂ ਵੀ ਆਇਆ ਸੀਗਾ ਇੱਥੇ ਰੋਜ਼ੀ ਰੋਟੀ ਵਾਸਤੇ, ਪਰ ਕੁਛ ਕਰੀਬੀਆਂ ਨੇ ਮਹੀਨਾ ਦੋ ਕੁ ਮਹੀਨੇ ਰੋਟੀ ਦੇਣ ਤੋਂ ਬਾਅਦ ਮੈਂ ਇਹਨਾਂ ਸੜਕਾਂ 'ਤੇ ਆ ਗਿਆ ਸੀ। ਮੈਂ ਨਾਲ ਹੀ ਨਾਲ ਇਹ ਕਹਿਣਾ ਚਾਹੁੰਦਾ ਕਿ ਜਿਸ ਪਿੰਡ ਦੀ ਸਟੇਜ ਦੇ ਉੱਤੇ ਅੱਜ ਮੈਂ ਬੈਠਾ ਭਾਅ ਜੀ, ਇਸੇ ਹੀ ਪਿੰਡ ਤੋਂ, ਜਿੱਦਾਂ ਮੈਂ ਕਿਹਾ ਸੀ ਨਾ ਮੇਰੀ ਕਾਮਯਾਬੀ ਸ਼ੁਰੂ ਹੋਈ ਸੀ ਕੁਦਰਤੀ, ਮੈਂ ਅੱਜ ਲੱਕੀ ਹੈ ਕਿ ਇਸੇ ਪਿੰਡ ਦੀ ਇਸ ਸਟੇਜ ਦੇ ਵਿੱਚ ਜਿੱਥੇ ਮੈਂ ਬੈਠਾ ਹਾਂ ਕਰਸਨ ਲਵੋ। ਸੋ ਦੋ ਕੁ ਮਹੀਨਿਆਂ ਬਾਅਦ ਜਦੋਂ ਮੈਨੂੰ ਆਪਣੀ ਭੈਣ ਦੀ ਗੱਲ ਦਿਸਦੀ ਨਜ਼ਰ ਆਈ ਕਿ ਵੀ ਇੰਨੀ ਗਰੀਬੀ ਦੀ ਹਾਲਾਤ ਵਿੱਚ ਉਹੀ ਬਲਜੀਤ ਭਾਜੀ ਮਾਲਵੇ ਸਾਹਿਬ ਨੇ ਕਿਹਾ ਜੋ ਉਹ ਮੌਜਾਂ ਭੁੱਲ ਗਈਆਂ ਜੋ ਬਾਪੂ ਦੇ ਸਿਰ 'ਤੇ ਕਰੀਆਂ। ਸੋ ਬਾਪੂ ਨੇ ਆਪਣੀ ਹੈਸੀਅਤ ਤੋਂ ਵੀ ਵੱਧ ਕੇ ਕਰ ਦਿੱਤਾ ਸੀਗਾ, ਜੋ ਜ਼ਮੀਨ ਸੀ, ਜੋ ਗਹਿਣਾ ਦਿੱਤਾ ਸੀ, ਐਸੇ ਇਟਲੀ ਦੀਆਂ ਸਟੇਸ਼ਨਾਂ 'ਤੇ ਵੀ ਸੌਣ ਲਈਦਾ ਸੀ, ਸੜਕਾਂ 'ਤੇ ਵੀ ਸੌਣ ਲਈਦਾ ਸੀ, ਗੁਰਦੁਆਰਿਆਂ ਦੇ ਜੋੜਾ ਘਰਾਂ 'ਚ ਵੀ ਸੌਣ ਲਈਦਾ ਸੀਗਾ ਉਹਨਾਂ ਦਿਨਾਂ 'ਚ। ਅਤੇ ਜਦੋਂ ਗੁਰਦੁਆਰਾ ਸਾਹਿਬ ਮੈਂ ਸੌਂਦਾ ਹੁੰਦਾ ਸੀ ਤਾਂ ਉੱਥੇ ਜਦੋਂ ਵੀ ਕਿਸੇ ਮੇਰੇ ਵੀਰ ਨੇ ਆਉਣਾ, ਮੈਂ ਉਹਨੂੰ ਕਹਿਣਾ ਯਾਰ ਪੱਗ ਬੰਨਿਆ ਕਰ, ਪੱਗ ਬੰਨਿਆ ਕਰ। ਜਦੋਂ ਦੇਖਿਆ ਵੀ ਕਿਸੇ ਕੰਮ ਕਿਸੇ ਪਾਸੇ ਨਹੀਂ ਸੈੱਟ ਹੈਗਾ, ਮੈਂ ਪੱਗਾਂ ਬੰਨੀਆਂ ਸਿਖਾਉਣ ਲੱਗ ਪਿਆ ਗੁਰਦੁਆਰਾ ਸਾਹਿਬ। ਅੱਜ ਮੈਂ ਕੰਮ ਬਹੁਤ ਸੈੱਟ ਆ, ਸਾਰਾ ਕੁਛ ਆ ਮਹਾਰਾਜ ਨੇ ਦਿੱਤਾ, ਅਤੇ ਮੈਂ ਬਸ ਜੋ ਮਹਾਰਾਜ ਆਪਣੀ ਕਿਰਤ ਕਮਾਈ ਕਰ ਰਹੇ ਹਾਂ ਉਹਦੇ ਵਿੱਚੋਂ ਮੈਂ ਕੁਛ ਇਹ ਦਰਸਾਉਣ ਦੇ ਕੱਢ ਰਿਹਾ ਇੱਕ ਤਰ੍ਹਾਂ ਦਾ। ਬਹੁਤ ਵਧੀਆ ਗੱਲ ਜੀ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਸਿੱਖੀ ਦੇ ਨਾਲ ਜੋੜ ਰਹੇ ਹੋ, ਦਸਤਾਰ ਪੰਗਣੀ ਚੁਕਾ ਰਹੇ ਹੋ। ਨਾਲ ਹੀ ਆਪਣੇ ਇੱਧਰ ਵੀਰ ਅੱਗੇ ਬੈਠੇ ਜੀ ਸੈਣੀ ਸਾਹਿਬ, ਰਿੰਕੂ ਸਾਹਿਬ ਜਿਹਨਾਂ ਦਾ ਪੈਲਸ ਹੈਗਾ ਆਪਣੇ ਸੁਜਾਰੇ ਵਿੱਚ, ਜੋ ਕਿ ਇਸ ਪ੍ਰੋਗਰਾਮ ਨੂੰ ਕਰਾਉਣ ਜਾ ਰਹੇ, ਔਰਗਨਾਈਜ਼ ਕਰ ਰਹੇ ਨੇ। ਰਿੰਕੂ ਸਾਹਿਬ ਜੀ, ਤੁਸੀਂ ਪਿਛਲੇ ਸਾਲ ਵੀ, ਪਿਛਲਾ ਵੀ ਇੱਕ ਵਿਰਸਾ ਪੰਜਾਬ ਦਾ ਕਰਾਇਆ, ਇਸ ਵਾਰ ਵੀ ਕਰਾ ਰਹੇ ਹੋ, ਆਪਣੇ ਕਰਾ ਰਹੇ ਹੋ, 10 ਰੁਪਏ ਤੁਸੀਂ ਟਿਕਟ ਰੱਖੀ ਆ, ਇੰਨੇ ਗਾਇਕ ਲਾ ਛੱਡੇ ਨੇ, ਖਾਣਾ ਪੀਣਾ ਵਿੱਚ ਫ੍ਰੀ ਕਰ ਛੱਡਿਆ, ਫੈਮਿਲੀ ਵਿੱਚ ਸੁਰੱਖਿਆ ਲਈ ਬੂਟਾ ਫੋਰੀ ਬੋਡੀਗਾਰਡ ਲਾਏ ਨੇ, ਸਾਰਾ ਕੰਮ ਕਰ ਰਹੇ, ਤੁਸੀਂ ਵਿਰਸਾ ਪੰਜਾਬ ਦੇ ਨਾਲ ਇੰਨਾ ਜੋੜ ਤੁਹਾਡਾ ਕਿਉਂ ਹੈ ਜੀ? ਪਹਿਲਾਂ ਤਾਂ ਸਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਬਸ ਇੱਕ ਅਸੀਂ ਵੀ ਪਿੰਡ ਤੋਂ ਹੀ ਬਿਲੋਂਗ ਕਰਦੇ ਹਾਂ ਜੀ, ਮੈਂ ਪਿੰਡ ਮਹਿੰਦਪੁਰ ਨਤਨੀ ਤੋਂ, ਬਸ ਬਚਪਨ ਤੋਂ ਹੀ ਇੱਕ ਜਿੱਦਾਂ ਹਾਲ ਬਾਪੂ ਜੀ ਬਾਂਧੇ ਹੁੰਦੇ ਸੀ ਉਹਦੇ ਨਾਲ ਚੱਲ ਜਾਣਾ, ਸ਼ਹੀਦ ਭਗਤ ਸਿੰਘ ਦੀ ਕੋਰੀਓਗ੍ਰਾਫੀ ਕੀਤੀ ਸੀ ਇਹਨਾਂ ਨੇ, ਮੈਨੂੰ ਡਿਮਾਂਡ ਕੀਤੀ, ਕਹਿੰਦਾ ਰਿੰਕੂ ਭਾਜੀ ਸਭ ਕੁਛ ਹੈਗਾ, ਸਭ ਕੁਛ ਵਧੀਆ, ਸਾਰਾ ਕੁਛ ਹੋ ਗਿਆ, ਕਹਿੰਦਾ ਮੈਨੂੰ ਇੱਕ ਮੰਜੇ ਦੀ ਜ਼ਰੂਰਤ ਆ, ਆਪਾਂ ਨੇ ਉਹ ਮੰਜਾ ਪਾਉਣ ਵਾਲਾ, ਮੰਜਾ ਵੀ ਇਹਦੀ ਡਿਮਾਂਡ ਸੀ, ਪਾਉਣ ਵਾਲਾ ਹੋਣਾ ਚਾਹੀਦਾ ਜਿਹਨੂੰ ਦੌਣ ਵੀ ਹੋਵੇ, ਅਤੇ ਇੱਦਾਂ ਹੀ ਅਤੇ ਬਾਈ ਏਅਰ ਮੰਗਵਾਇਆ ਸੀਗਾ, DHL ਮੰਗਵਾਈ ਸੀ ਉਹਨੇ ਦੀ, ਚੱਕ ਕਿੱਦਾਂ ਮੰਜੇ ਦੀ ਕੀਮਤ ਨਹੀਂ ਜਿੰਨਾ ਆਪਾਂ ਇਹਨੂੰ ਬਈ ਬੁਲਾ ਕੇ ਮੰਗਵਾ ਕੇ, ਦੋ ਦਿਨਾਂ ਜਿਹਨਾਂ ਨੂੰ ਮੰਜਾ ਲਿਆਉਂਦਾ ਸੀ, ਪਰ ਉਹ ਯਾਦ ਉਹ ਮੇਲਾ ਇੰਨਾ ਸਕਸੈਸਫੁਲ ਹੋਇਆ ਸੀ, ਅੱਧੀਆਂ ਲੇਡੀਜ਼ ਜਿੱਦਾਂ ਕੋਰੀਓਗ੍ਰਾਫੀ ਤੋਂ ਦੇਖ ਕੇ, ਸ਼ਹੀਦ ਭਗਤ ਸਿੰਘ ਦੀ ਕੋਰੀਓਗ੍ਰਾਫੀ ਕੀਤੀ ਸੀ ਇਹਦੀ ਭੈਣ ਦੀ, ਅਤੇ ਉਹ ਅੱਧੀਆਂ ਲੇਡੀਜ਼ ਵੀ ਰੋਣ ਲੱਗ ਗਈ ਸੀ, ਵੀ ਇੰਨਾ ਸੋਹਣਾ ਸਕਸੈਸਫੁਲ ਇਹਨਾਂ ਨੇ ਪਰਫੋਰਮੈਂਸ ਦਿੱਤੀ ਸੀ ਉੱਥੇ, ਅਤੇ ਇਸੇ ਕਰਕੇ ਚਲੋ ਜੀ ਅੱਜ ਦੀ ਜਨਰੇਸ਼ਨ, ਨਵੀਂ ਜਨਰੇਸ਼ਨ, ਉਹਨਾਂ ਨੂੰ ਪਤਾ ਲੱਗ ਸਕੇ ਵੀ ਵਿਰਸਾ ਸਾਡਾ ਕੀ ਆ। ਉਹ ਗਾਣੇ ਦੇ ਵਿੱਚ ਮਾਂ ਦੇ ਵਿੱਚ ਹਿਰਦਾ ਅਤੇ ਧੀ ਦਾ ਹਿਰਦਾ ਵੀ ਇੱਕ ਦੂਜੇ ਦਾ ਜਦੋਂ ਪਿਛੜਦੀ ਆ ਉਹ ਗੁੰਝ ਰਹਿ ਜਾਂਦਾ ਵੀ ਹਾਂ ਜੀ ਮੈਂ ਅੱਜ ਘਰ ਤੋਂ ਵੱਖ ਹੋ ਰਹੀ ਹਾਂ, ਕਿਤੇ ਦੋ ਬੋਲ ਉਹ ਵੀ ਸੁਣਾ ਦਿਓ, ਤੋ ਸੱਭਿਆਚਾਰ ਦੇ ਨਾਲ ਜੁੜੇ ਗਾਣੇ ਨੇ ਵੀ, ਅਤੇ ਸਾਨੂੰ ਸਰੋਤਿਆਂ ਨੂੰ ਜੋ ਵੀ ਸੁਣ ਰਹੇ ਨੇ, ਜੋ ਆਪਣਾ ਮੀਡੀਆ ਦੇ ਪੰਜਾਬ 'ਤੇ ਦੇਖਣਗੇ ਉਹਨਾਂ ਨੂੰ ਕੋਈ ਦੋ ਲੈਣਾ ਸੁਣਨ ਨੂੰ ਮਿਲਣਗੇ। ਏ ਦੁਨੀਆ ਦੀ ਰੀਤ ਨੀ ਮਾਂ ਜਾਣੀ ਸਾਡੇ ਨਾਲ ਵੀਤ ਨੀ ਮਾਂ, ਏ ਦੁਨੀਆ ਦੀ ਰੀਤ ਨੀ ਮਾਂ ਜਾਣੀ ਸਾਡੇ ਨਾਲ ਵੀਤ ਨੀ ਮਾਂ, ਇੱਕ ਡੋਰੀ ਦੇ ਮੋਤੀ ਖਿੰਦਨੇ ਪੂਰੀ ਜਿਵੇਂ ਲੋਕ ਕਹਿੰਦੇ ਵੀ ਇਹਨਾਂ ਨੂੰ ਕੀ ਹੋ ਗਿਆ ਵੀ ਇੱਟਾਂ ਬੜਾ ਘਰ ਪਾਉਣ ਲੱਗੇ, ਚਲੋ
मेहनत करी हुई जी, चलो इच्छा सी मन की पूरी करती। एक और सोच है जी कि तुहाडे जो धर्म पत्नी है तो हमेशा ही प्रेरित करते रहते हैं कि तुम गायकी जाते रहो, गायकी करो, कि ये सच है? हाँ जी, हाँ जी बिल्कुल, क्योंकि जो थोड़ा जीवन साथी थोड़ी हेल्प करता है तो एक दे बजाय ग्यारह बन जाता। तो मेरी वाइफ जी मैंने बहुत सपोर्ट रही है, उन्होंने बदौलती मैं तो थक टुक टुकया भी छट भरिया की गाँव है। जो कम कर तो आना तो चाह चू पीनी शाम के टाइम तो टीवी भी देखना यार, मैं देख के फिर जिमें कीड़े से लड़ने भी मैं करना है कुछ ना कुछ। वो मेरी वाइफ कहती भी तुम ए करो बी हूँ बड़ा वधिया माहौल है, पहले तो मेरे पेपर ही नहीं बने जी, 15 साल अमेरिका दे विच मैं इंडिया आ नहीं सी सकता। तो जो ग्रीन कार्ड मैं मिले तो वाइफ कहती कहती भी तुसी भाई हुण मौका बड़ा वधिया भी फैमिली का सारा जिवें महाराज ने बड़ी रहमत करी हुई है भी सारे तंदुरुस्त ने, भी तुसी हुण टाइम ये खंजाओ ना भी तुसी जरूर जाया हो। करते करते जी मैंने 2-3 साल लग गए, फिर भी 2008 दे विच मैं अपना गया जी उत्थे ते इंडिया दे विच रिकॉर्डिंग हुई सारा कुछ। तो बड़ी हैल्प मिली मैनू जैली भाजी की भी। बिलकुल इस तरह होंगे, अज कल तो 2 छुट्टियां हो जाए जी, तकरीबन सैटरडे की भी करते हैं संडे की भी। मैं अमेरिका वाले अपने बच्चों को कहना पुत थोड़ा तो 2 छुट्टियां 5 दिन उस दिन फिर हम थोड़ा पता कच्च गोलियां बंटे कह दें वह खेलना हों जिमें अपने रज के जिमें इंजॉय करना हों। कई बार बजुर्गों ने पानी गर्म करना बाल्टी च पाना फिर हार के उन्होंने डोले देना कहते नहीं नहाना ना ना, फिर मेरे ब्रदर की ड्यूटी लानी उन्होंने फिर मैंने घड़ीस घड़ूस के लेके जाना ख्याल फिर हूँ भी असं हसते होंगे हैं। मैं क्या तू हटता नहीं रहा और देखा कि मानक साहब तो बहुत प्रेरित हो तुम, तो मानक साहब तुम बारे कोई दसना चाहोगे कि देखा गया भी जो भी है कुलदीप मानक साहब अपने जो उस्ताद जी सन उन्होंने तो बहुत ज्यादा प्रेरणा ली हुई है, वो बारे कुछ सपना दसना चाहो कि? बिल्कुल जी बिल्कुल, जेकर मानक साहब ना होंगे शायद मैं ना सिंगर बनता जी। साढ़े नाल के गवांढ दे विच किसी का मंगना सीगा तो उन्होंने क्या हो गाने चल रहे खेती कर सरपण पुत्रा तेरे टले दो सूरत दी दी है हेर दी दो बोल सुना दो जी तुम खेती कर खेती कर सरबीन बच्चा पानी पुला दे निकल दी जान जावे जा पहला सारे सत श्री अकाल। सामने बह के असी भाजी होना का इंटरव्यू चल रहा अच साढ़े बेच असी सामने देखना चाहते कि तुम सवाल किए उन्होंने जवाब दिता सानू की फील हों सू सीख की मिलता, क्योंकि हले असी मार्केट में घूम रहे हैं देख रहे हैं कि चीज़ हैगी है कि कमी है की गवाच गया जिन्होंने सानू नाल जोड़िया इस प्रोजेक्ट से और ये उपराला किया दो चीज़ा रखिया। तो बाकी जोड़े सवाल आलमोस्ट तुम पूछ ही जोड़े अपने कल्चर न मिलते जुलते हैं और किस चीज़ की कमी रह गई है साड़ी मार्केट के गवा रहे हो वो सारे मिलते जुलते सवाल तुम पूछो नवा उपराला होगा वह लैके शायद नैक्सट वो आप दोबारा नवे सवाल जरूर मिला। ਭਾਈ ਮਾਲ ਭਾਈ ਨੂੰ ਪੁੱਛਣਾ ਚਾਹੁੰਦਾ ਵਾਂ ਭਾਈ ਤਰੱਕੀਆਂ ਤੁਹਾਡਾ ਗਾਣਾ ਇੱਕ ਆਇਆ ਸੀ ਸ਼ਰੀਕਾਂ ਵਾਲਾ, ਉਹ ਤੁਹਾਡਾ ਕੋਈ ਖਾਸ ਕੋਈ ਵਜ੍ਹਾ ਸੀ ਜਾਂ ਤੁਸੀਂ ਆਪਣੇ ਲਈ ਕੋਈ ਵੈਸੇ ਗਾਣਾ ਗਾਤਾ ਜਾਂ ਸ਼ਰੀਕਾਂ ਦਾ ਕੋਈ ਚੱਕਰ ਸੀ? ਜਦੋਂ ਇਹ ਟਾਈਟਲ ਚੁਣਿਆ ਗਿਆ ਤਾਂ ਸਾਡੇ ਘਰ 'ਤੇ ਕਹਿੰਦੇ ਵੀ ਆਪਣਾ ਤਾਂ ਕੋਈ ਐਡੀ ਗੱਲਬਾਤ ਹੈ ਨਹੀਂ ਵੀ ਕਿਸੇ ਦੇ ਪ੍ਰਤੀ, ਪਰ ਇਹ ਜਿੱਥੇ ਤੱਕ ਜਿਵੇਂ ਜੈਲੀ ਭਾਜੀ ਨੇ ਵੀ ਲਿਖਿਆ ਮੈਨੂੰ ਵਧੀਆ ਲੱਗਿਆ, ਉਹ ਗਰੀਬੀ ਦੀ ਗੱਲ ਕਰੀ ਹੋਈ ਹੈ। ਮੈਂ ਕਿਹਾ ਯਾਰ ਸਾਰੇ ਹਰ ਇੱਕ ਬੰਦਾ ਤਕਰੀਬਨ ਲਾਸਟ ਮੰਥ ਦੇ ਵਿੱਚ 8 ਤਰੀਕ ਨੂੰ ਸੀਗਾ
ਟੋਰਾਂਟੋ ਦੇ ਵਿੱਚ ਤਾਂ ਉੱਥੇ ਦੇ ਜਿਹੜੇ ਪ੍ਰਬੰਧਕ ਸੀਗੇ ਤਕਰੀਬਨ ਉਹ ਦੋ ਤਿੰਨ ਵਾਰੀ ਗਾਣਾ ਉਹਨਾਂ ਨੇ ਲਵਾਇਆ ਸਪੈਸ਼ਲ, ਕਹਿੰਦੇ ਨਹੀਂ ਦੁਬਾਰਾ ਰਿਪੀਟ ਕਰ ਇਹਨੂੰ, ਕੋਈ ਉਹਨਾਂ ਦੀ ਵਜ੍ਹਾ ਹੋਊਗੀ। ਇਸ ਕਰਕੇ ਮੈਨੂੰ ਤਾਂ ਕੋਈ ਹੈ ਨਹੀਂ ਸੀ, ਪਰ ਲੋਕਾਂ ਨੂੰ ਕਈਆਂ ਨੂੰ ਹੁੰਦਾ ਉਹ ਦੁਬਾਰਾ ਦੁਬਾਰਾ ਇਹਦੀ ਤੇਜਿੰਦਰ ਸਾਹਿਬ ਜੀ, ਤੁਸੀਂ ਸਵਿਟਜ਼ਰਲੈਂਡ ਰਹਿੰਦੇ ਹੋ ਜੀ, ਇੱਕ ਇੱਕ ਦੇਸ਼ ਹੈ ਜਿਹਨੂੰ ਬੰਦਾ ਚਾਹੁੰਦਾ ਵੀ ਇੱਥੇ ਜਾ ਕੇ ਰਹੀਏ, ਉੱਥੇ ਜੋ ਸਿਨੇਮਾ ਆਪਣਾ ਜੋ ਬਾਲੀਵੁੱਡ ਸਾਰਾ ਉੱਥੇ ਆਪਣਾ ਫਿਲਮੀ ਜੋ ਜਗਤਨਾ ਜੁੜੀਆਂ ਚੀਜ਼ਾਂ ਉੱਥੇ ਆਉਂਦੀਆਂ ਨੇ, ਤੁਸੀਂ ਸਵਿਸ ਕਿਸ ਕਰਕੇ ਕਿਸ ਵਜ੍ਹਾ ਤੋਂ ਆਏ ਹੋ ਤਾਂ ਗਾਇਕੀ ਤਾਂ ਕਿੱਦਾਂ ਪਏ ਹੋ ਜੀ ਲਾਈਨ ਦੇ ਵਿੱਚ? ਮਤਲਬ ਇਮੀਗ੍ਰੇਸ਼ਨ ਦਾ ਕੁਛ ਚਾਂਸ ਸੁਣਿਆ ਨਹੀਂ ਹੈਗਾ ਬਿਨਾਂ ਵਿਆਹ ਤੋਂ? ਮਤਲਬ ਮੈਂ ਆਪਣੀ ਗੱਲ ਇੱਥੇ ਸ਼ੁਰੂ ਕਰਾਂਗਾ ਕਿ ਜਿਸ ਤਰ੍ਹਾਂ ਮੈਨੂੰ ਬਚਪਨ 'ਚ ਪੜ੍ਹਨ ਦਾ ਸ਼ੌਂਕ ਬਹੁਤ ਸੀ, ਭਾਵੇਂ ਮੈਂ ਪੜ੍ਹਾਈ 'ਚ ਬਹੁਤ ਜ਼ਿਆਦਾ ਨਲਾਇਕ ਸੀ, ਮਤਲਬ ਮੈਨੂੰ ਦਿਮਾਗ ਖਾਨੇ 'ਚ ਕਿਵੇਂ ਗੱਲ ਨਹੀਂ ਸੀ ਪੈਂਦੀ, ਪਰ ਮੈਂ ਕਿਤਾਬ 24 ਘੰਟੇ ਪੜ੍ਹ ਕੇ ਹੱਥੇ ਰੱਖਦਾ ਹਾਂ ਕਿ ਮਤਲਬ ਇੱਕ ਜਨੂੰਨ ਹੁੰਦਾ ਜਿਸ ਤਰ੍ਹਾਂ। ਅਤੇ ਉਹ ਮੈਂ ਇਸ ਤੱਕ ਕਿ ਮਤਲਬ ਕਲਾਸ ਮਸਾਂ ਹੀ ਪਾਸ ਹੁੰਦਾ ਸੀ, ਅਤੇ ਉਸ ਟਾਈਮ 'ਤੇ ਥੋੜ੍ਹਾ ਤੁਹਾਨੂੰ ਪਤਾ ਕਿ ਰੱਬ ਕਰੇ ਮਤਲਬ ਕਿ ਇਹੋ ਜਿਹਾ ਟਾਈਮ ਕਦੀ ਨਾ ਉਪਰਾਲਾ ਹੈ ਕਿ ਸਾਨੂੰ ਇੱਕ ਟੀ ਵੀ ਪਹਿਲੀ ਵਾਰ ਮੀਡੀਆ ਪੰਜਾਬ ਜਿਹੜਾ ਆਪਣਾ ਇੱਥੇ
ਮੀਡੀਆ ਕਾਨਫਰੰਸ ਦਿਖਾ ਰਿਹਾ ਜਿਹੜੀ ਅੱਜ ਤੱਕ ਸਿਰਫ ਆਪਣੀ ਅਖਬਾਰ ਪੜ੍ਹ ਕੇ ਆਉਂਦੀ ਸੀਗੀ। ਸੋ ਇਹਨਾਂ ਦਾ ਤੁਹਾਡਾ ਸਵਾਲ ਬਹੁਤ ਵਧੀਆ, ਅਸੀਂ ਦੱਸ ਨਹੀਂ ਪਾਏ, ਸ਼ੋਰਟ ਟਾਈਮ ਸੀਗਾ ਔਰ ਅਰੇਂਜ ਕਰਨਾ ਇੱਕਦਮ ਥੋੜ੍ਹਾ ਔਖਾ ਹੋ ਜਾਂਦਾ। ਠੀਕ ਹੈ, ਬਹੁਤ ਵਧੀਆ, ਨੈਕਸਟ ਟਾਈਮ ਤੋਂ ਤੁਸੀਂ ਅੱਜ ਆਏ ਹੋ, ਨੈਕਸਟ ਟਾਈਮ ਤੋਂ ਆਪਾਂ ਰਿੰਕੂ ਭਾਜੀ ਹੋਰਾਂ ਨੂੰ ਜਾਂ ਆਪਣੇ ਭੱਜ ਪਗੜੀ ਕੋਚ ਮਨਦੀਪ ਸੈਣੀ ਭੱਜ ਬੈਠੇ ਨੇ, ਆਪਣੇ ਹੁੰਦਲ ਸਾਹਿਬ ਬੈਠੇ ਨੇ, ਜਿਹਨਾਂ ਕਿਸੇ ਨਾ ਕਿਸੇ ਕੋਲ ਵੀ ਕੋਈ ਸਵਾਲ ਪੁੱਛਣਾ ਪੁੱਛ ਸਕਦੇ। ਸਮੇਂ ਵਿੱਚ ਤੁਸੀਂ ਸਾਡੇ ਲਈ ਕੀ ਨਵਾਂ ਲੈ ਕੇ ਆ ਰਹੇ ਹੋ, ਨਵੇਂ ਪ੍ਰੋਜੈਕਟ ਤੁਸੀਂ ਕਰ ਰਹੇ ਹੋ, ਕਦੋਂ ਤੱਕ ਸਾਨੂੰ ਸੁਣਨ ਨੂੰ ਮਿਲਣਗੇ? ਰਿਕਾਰਡ ਹੋ ਚੁੱਕਿਆ ਗਾਣਾ, ਉਹ ਜਿਵੇਂ ਮੌਜਾ ਟੂ, ਉਹ ਮੈਂ ਹੁਣ ਜਾ ਕੇ ਇੱਥੋਂ ਵੀਡੀਓ ਅਸੀਂ ਸ਼ੂਟ ਕਰਨੀ ਹੈ ਜੀ, ਅਤੇ ਆਈ ਹੋਪ ਸੋ ਇਸ ਕਮਿੰਗ ਵੈਰੀ ਸੂਨ। ਤੁਸੀਂ ਬਸ ਵੱਧ ਤੋਂ ਵੱਧ 2 ਕੁ ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਇੱਕ ਨਵੀਂ ਚੀਜ਼ ਦੇਖੋਗੇ, ਤਾਂ ਮੈਨੂੰ ਆਸਾ ਹੈ ਵੀ ਜਿਵੇਂ ਤੁਸੀਂ ਸਾਰੇ ਮੇਰੇ ਵਰਲਡ ਵਾਈਡ ਲੋਕਾਂ ਨੇ ਪਿਆਰ ਦਿੱਤਾ, ਇਹਨੂੰ ਵੀ ਬਹੁਤ ਪਿਆਰ ਮਿਲੂਗਾ। ਮੌਜਾ ਟੂ ਤੇਜ ਹੁੰਦਲ ਸਾਹਿਬ, ਆਪਾਂ ਤੁਹਾਨੂੰ ਪੁੱਛਣਾ ਚਾਹਾਂਗੇ ਜੀ, ਇਹ ਜੋ ਅੱਜ ਗਾਇਕੀ ਚੱਲ ਰਹੀ ਹੈਗੀ ਆ, ਕੋਈ ਸੋਸ਼ਲ ਸਾਈਟਾਂ 'ਤੇ ਗਾਇਕ ਬਣ ਗਏ ਨੇ ਯੂਟਿਊਬ ਤੋਂ ਵੀ, ਕਈਆਂ ਦੇ ਕੋਈ ਉਸਤਾਦ ਨਹੀਂ ਕੁਛ ਨਹੀਂ, ਕਈ ਤਾਂ ਕੋਈ ਕਿਸੇ ਨਾਲ ਕੋਈ ਲੱਜਰ ਪਾਉਣਾ ਸਭ ਕੁਛ, ਗਾਇਕੀ ਵਿੱਚ ਇੱਕ ਸੱਭਿਆਚਾਰ ਗਾਇਕੀ ਜੋ ਹੈਗੀ ਆ ਉਹਦੇ 'ਚ ਕੀ ਫਰਕ? ਇਹ ਇੱਦਾਂ ਭਾਅ ਜੀ ਕਿ ਜਿਸ ਤਰ੍ਹਾਂ ਜਿਵੇਂ ਕੋਈ ਇੱਕ ਗਾਣਾ ਨਹੀਂ ਹੋ ਸਕਦਾ ਜਿਹੜਾ ਸਾਰਿਆਂ ਨੂੰ ਸੈਟਿਸਫਾਈਡ ਕਰ ਸਕੇ। ਹਾਂਜੀ, ਜਿਹੜਾ ਯੂਥ ਆ ਉਹ ਡਿਫਰੈਂਟ ਚੀਜ਼ 'ਚ ਆਉਂਦਾ, ਅਤੇ ਜਿਹੜੇ ਆ ਜਿੱਦਾਂ ਸਾਡੇ ਮਾਂ ਬਾਪ ਦੇ ਸਮਾਨ ਲੋਕ ਨੇ ਉਹ ਪੁਰਾਣੇ ਵਿਰਸੇ ਸਟਾਈਲ ਦੇ ਸੌਂਗ 'ਚ ਆਉਂਦੇ ਨੇ। ਪਰ ਵਧੀਆ ਗੱਲ ਇਹ ਆ, ਖੁਸ਼ਕਿਸਮਤੀ ਅੱਜ ਕੱਲ੍ਹ ਕਿ ਬਹੁਤਾ ਹੋਰ ਸਮਾਂ ਵੇਟ ਕਰਨ ਦੀ ਲੋੜ ਨਹੀਂ, ਮੈਂ ਸਲੋ ਸਲੋ ਦਿਖ ਰਿਹਾ ਕਿ ਲੋਕ ਫਿਰ ਸ਼ੁਰੂ ਹੋਣਾ ਅਤੇ ਲਾਈਵ ਸਿੰਗਰ ਦੀ ਕਦਰ ਜਿਹੜੀ ਉਹ ਵਧਣੀ ਆ। ਮੈਂ ਇਹਦਾ ਨੂੰ ਉਦਾਹਰਨ ਦਿੰਦਾ, ਬਲਜੀਤ ਮਾਲਵਾ ਭਾਈ ਦੀ ਜਿਸ ਤਰ੍ਹਾਂ ਟੇਪ ਆਈ ਜਿਹੜੀ, ਸਾਰੇ ਗਾਣੇ ਮਤਲਬ ਇੱਕ ਨਹੀਂ ਉਹ ਨਾਂ ਲੈਣਾ ਚਾਹੁੰਦਾ, ਕਿਸਾ ਸਾਰੇ ਵਧੀਆ, ਉਹ ਮਤਲਬ ਇੰਨੇ ਸਾਲਾਂ ਬਾਅਦ ਅੱਜ ਸੁਣੇ ਆ ਅਤੇ ਮਨ ਖੁਸ਼ ਹੋ ਗਿਆ, ਰੂਹ ਖੁਸ਼ ਹੋ ਗਈ ਆ। ਮਤਲਬ ਇਹ ਇਹਨਾਂ ਨੂੰ ਕਹਿੰਦੇ ਜਿਵੇਂ ਅਸਲੀ ਗਾਣੇ ਜੋ ਆਪਣੇ ਸੱਭਿਆਚਾਰਕ ਗਾਣੇ ਜਿਹੜੇ ਜਿੱਦਾਂ ਰਿਸ਼ਤਿਆਂ ਦਾ ਜ਼ਿਕਰ ਹੁੰਦਾ, ਆਪਣੇ ਵਿਰਸੇ ਦਾ ਜ਼ਿਕਰ ਹੁੰਦਾ। ਸੋ ਇਹੋ ਜਿਹੇ ਗਾਣੇ ਆਉਣੇ ਚਾਹੀਦੇ ਆ, ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਇਵੇਂ ਦੇ ਗਾਣੇ ਗਾ ਵੀ ਚੱਕਵਾਂਗਾ। ਉਹ ਅਜੇ ਮੈਨੇ ਕੋਨੇ ਗਾਣੇ ਗਾਏ ਨਹੀਂ, ਕਿਉਂਕਿ ਮੇਰੇ 10-15 ਗਾਣੇ ਰਿਕਾਰਡ ਹੋਏ ਪਏ, ਮੈਂ ਕਿਹਾ ਕਿ ਨਹੀਂ ਰਿਲੀਜ਼ ਕਰਨੇ ਗਾਣੇ ਚੰਗੇ ਗਾਉਣੇ ਆ। ਮੈਂ ਹੁਣ ਇੱਕ ਨਵਾਂ ਇੰਡੀਆ ਗਾਣਾ ਰਿਕਾਰਡ ਕਰਾ ਗਿਆ, ਲੋਕ ਤੱਕ ਹਾਲੇ ਆਇਆ ਨੀਗਾ, ਪਰ ਅਗਲਾ ਉਹ ਮੇਰਾ ਗਾਣਾ ਹੈ ਜੀ। ਅਤੇ ਮੈਂ ਚਾਹੁੰਦਾ ਕਿ ਮੈਨੂੰ ਖੁਦ ਨੂੰ ਇਹ ਸਵਾਲ ਪੁੱਛਿਆ ਕਿਵੇਂ ਦੇ ਗਾਣੇ ਗਾਉਣਾ ਪਸੰਦ ਕਰਦਾ, ਅਤੇ ਜਿਵੇਂ ਭਾਅ ਜੀ ਬਲਜੀਤ ਭਾਅ ਜੀ ਗਾਉਂਦੇ ਆ ਇਹਨਾਂ ਦਾ ਸਟਾਈਲ, ਅਤੇ ਜਾਂ ਜਿਹੜੇ ਚੰਗੇ ਗਾਣੇ ਮਤਲਬ ਜਿਹਨਾਂ 'ਚ ਪਰਿਵਾਰਕ ਦੀਆਂ ਗੱਲਾਂ ਹੋਣ, ਪਰਿਵਾਰ ਦੀਆਂ ਵਿਰਸੇ ਦੀਆਂ ਗੱਲਾਂ ਹੋਣ, ਉਹ ਗਾਣੇ ਜਿਹੜੇ ਅੱਜ ਵੀ ਤੁਹਾਨੂੰ ਗਾਣਾ ਕਹਿੰਦੇ ਆ, ਬਾਕੀ ਕਈ ਗਾਣੇ ਤਾਂ 2 ਦਿਨ ਨਹੀਂ ਭਾਅ ਜੀ ਟਿਕਦੇ। ਕੀ ਤੁਸੀਂ ਆਪਣੇ ਜਿਹੜਾ ਗਾਣਾ ਰਿਕਾਰਡ ਕਰਾ ਕੇ ਹੁਣ ਲੋਕ ਤੱਕ ਉਹਦੇ ਕੋਈ ਉਹ ਗਾਣਾ ਜੀ ਕੱਢ ਦੇ? ਚਲੋ ਕੋਈ ਨਹੀਂ, ਕੋਈ ਨਹੀਂ। ਹਾਂਜੀ, ਬਸ ਭਾਅ ਜੀ ਕੋਸ਼ਿਸ਼ ਕਰੀਦੀ ਆ, ਮਤਲਬ ਕੁਛ ਵੀ ਆਮ ਇਨਸਾਨ ਆ ਬਸ, ਤੇ ਇਹ ਆ ਵੀ ਕੁਝ ਗਾਣਿਆਂ ਦੀ ਆਫਰ ਆਈ, ਉਹ ਸਾਰੇ ਕਹਿੰਦੇ ਭਾਜੀ ਹੁਣ ਚੱਕਵਾਂ ਗਾਣਾ ਕਰੋ। ਬਿਲਕੁਲ 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 ਜੀ, ਹਾਂਜੀ। ਭਾਜੀ ਮੈਨੂੰ ਜੱਜਣੇ ਨੀ, ਮੇਰਾ ਸਟਾਈਲ ਨੀ ਗਾ ਜਿਸ ਤਰ੍ਹਾਂ ਹੁਣ ਜਿਹੜਾ ਭਾਈ ਨੇ ਗਾਣੇ ਗਾਏ, ਸਾਰੇ ਉਹਨਾਂ ਦੀ ਪਰਸਨੈਲਿਟੀ ਨੂੰ ਸੂਟ ਕਰਦੇ ਆ। ਤੁਸੀਂ ਚਾਹੀਦੇ ਦਰਸ਼ਕਾਂ ਅੱਗੇ ਇੱਕ ਸ਼ੀਸ਼ਾ, ਜੋ ਕਹਿ ਰਹੇ ਜੋ ਉਹੋ ਹੀ ਹੋਣਾ ਚਾਹੀਦਾ, ਨਹੀਂ ਤੇ ਅੱਜ ਕੱਲ੍ਹ ਦੇ ਜਿਹੜੇ ਸੁਣਨ ਵਾਲੇ ਉਹਨਾਂ 'ਚ ਭਾਜੀ ਅਵੇਅਰਨੈਸ ਬਹੁਤ ਆ, ਤੁਸੀਂ ਉਹਨਾਂ ਨੂੰ ਪਾਗਲ ਨਹੀਂ ਬਣਾ ਸਕਦੇ। ਮੈਨੂੰ ਕੋਈ ਕਹਿੰਦੇ ਤੇਰੇ ਇੰਨੇ ਫੋਲੋਅਰ ਨਹੀਂ, ਤੇਰੇ ਵਿਊ ਨਹੀਂ, ਬਿਲਕੁਲ ਨਹੀਂ। ਸਲੋਪਾ ਇੱਕ ਦਿਨ ਵੇਟ ਕਰ, ਮੈਨੂੰ ਕਈ ਕਹਿੰਦੇ ਇੰਨੇ ਸਾਲ ਹੋ ਗਏ ਉੱਥੇ ਤੁਰਿਆ ਫਿਰਦਾ, ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਕੀ ਆ ਜੇ ਹੁਣ ਮੇਰੇ 10,000 ਵੀ ਵਿਊ ਹੋਣੇ, ਤਾਂ ਮੈਂ ਕਹਿੰਦਾ ਵਾਓ 10,000, ਕਿਸੇ ਨੇ ਕਹਿਣਾ ਇਹ ਤਾਂ ਕੁਛ ਵੀ ਨਹੀਂ, 5 ਮਿਲੀਅਨ ਕਰਾਈ ਫਿਰਦੇ ਉਹਨਾਂ ਨੇ ਤਾਂ ਇੰਝ ਹੀ ਕਹਿਣਾ। ਮੈਂ ਕਹਿੰਦਾ 10,000 ਹੈ ਤਾਂ ਰੀਅਲ ਨਾ, ਮੈਂ ਮਾਣ ਵਾਲੀ ਗੱਲ, 10,000 ਬੰਦੇ ਨੇ ਮੇਰਾ ਗਾਣਾ ਸੁਣਿਆ, ਨਿੱਕੀ ਜਿਹੀ ਗੱਲ ਨਹੀਂ, ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਸ਼ੁਕਰੀਆ ਅਦਾ ਕਰਦੇ ਜੀ ਸੈਣੀ ਰਿੰਕੂ ਦਾ, ਨਾਲ ਆਪਣੇ ਮਨਦੀਪ ਸੈਣੀ ਭਾਅ ਜੀ, ਆਪਣੇ ਤੇਜ ਹੁੰਦਲ, ਬਲਜੀਤ ਮਾਲਵਾ, ਨਾਲ ਆਪਣੇ ਸਪੋਂਸਰ ਬੈਠੇ ਨੇ ਜੀ ਉੱਥੇ ਕਮਲ ਮਾਨ ਤੋਂ ਬਾਅਦ, ਆਪਣੇ ਜਿਹੜੇ ਆਏ ਨੇ ਵੀਰ ਸਾਰੇ, ਇੰਨਾ ਹੀ ਕਰਦੇ ਹੋਏ ਆਪਾਂ ਸ਼ੋਅ ਦਾ, ਜਿੱਥੇ ਜੀ ਤੁਹਾਡੇ ਰੂਬਰੂ ਹੋਵਾਂਗੇ ਜੀ ਮੀਡੀਆ ਪੰਜਾਬ 'ਚ। ਤੁਸੀਂ ਆਪਣੇ ਜੋ ਵੀ ਸੁਝਾਅ ਆ MP@MediaPunjab.com
या जसराज नौसती जी मेरे डॉट कॉम से अपने दे सकते हो जी। सारे का बहुत बहुत धन्यवाद जी। सत श्री अकाल जी। रिंकू साहब, रिंकू साहब कमल भाजी का संदीप का और खास करके मीडिया पंजाब डॉट कॉम का जिन्होंने साढ़े छोटी जी कोशिश न सारे बंद सारे दर्शकों के लिए रूबरू कर रहे हैं। साड़ी छोटी जी गुजारिश जी अभी करते हैं तो हमेशा वो साथ देंगे। धन्यवाद मीडिया पंजाब डॉट कॉम का। बिल्कुल जी, एक मैं लोकल सिंगर भी पहुँच रहे हैं। तो दूजी गल जी पहला गल करके हटे है कि भी सैनी साहब ने जो उपराला किया कि 10 यूरो के मेला पिछे खाण पीन का प्रबंध आ। सो असं अक्सर प्लानिंग करते रहने, साढ़े कमल भाजी ना भी प्लानिंग होंगी है जिन्हों के करके अज मैं एंकर हाँ। तो असं ये गल करते होंगे कि चाहे सानू कोई चंगा कह लवे तो चाहे माड़ा कह लवे। कमल भाई ने एक पोस्ट पाई थी, मैंने चेते है सोशल मीडिया के लिए, पंजाबी विरसे पंजाबीयत लिए बहुत कुछ करना बाकी है कि हमने सिर्फ असी एक पैर रख्या। सो शुरुआत आ भाजी, तो असी सानू जे चार बंदे चंगा कह रहे हैं अठ बुरा भी कह रहे हैं क्योंकि पंजाबियों के खून में यह चीज़ हैगी है। सानू फिर भी खुशी आ कि चार तो साढ़े नाल खड़े आ, असी उन्होंने जो चार नाल खड़े आ उन्होंने नाल लैके ही अगे चली जाना। शायद जो अठ आ उन्होंने दो एक टुट के चार वाले पर पहला भी दस के हटिया। मैं प्रोफेसनल किसी काम च नहीं है, चाहे मैं पगों की ट्रेनिंग दे रहा, चाहे मैं एंकरिंग के खेत्र तो चाहे मैं पंजाबी भंगड़ा जो 10 साल पाया, मैं खुद भी किसी काम च प्रोफेसनल नहीं है। मैं इतने आया तो कमा सी पर इतने आके अंदर आप सैनी साहब वर्गे ज कमल भाजी वर्गे भरावान के सदके हम साढ़े च एक जज्बा आ गया असं पंजाबीयत नहीं कुछ कर लीए बस। हम साढ़े अंदर एक यही कुछ आ क्योंकि वो पंजाब एक कहावत होंगी है केंद्र घर फूके अपना तमाशा देखना, यहोजे काम करने के लिए घर फूकना पैदा है। सारे पहुंचे जो सजारे अपने सजारे अपना यह मेला जी कि भरोसा 700 भरोसा 700 है जी। 6 बजे 10 रुपये की 10 रुपये की टिकट है जी। बचे खाना तो अपने सारे सिंगर भीर जे मानसिक सीटा ने आई हैं पहुंचे सभ्याचार से चार चंद लाने गियाँ, बाकी तो पुरातन चीजें भी उसे देखने को मिलनगियाँ। ओके जी, सत श्री अकाल।